ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪਰਮਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਚੈਨਲ ਪੰਜਾਬੀ ਜੋਨ ਦੇ ਉੱਤੇ। ਕਾਫੀ ਕਾਲਸ ਐਂਡ ਮੈਸੇਜ ਆਏ ਸੀ ਕਿ ਸਾਨੂੰ ਕੁਝ ਟਿਪਸ ਚਾਹੀਦੇ ਨੇ ਬੀਅਰਡ ਗਰੋਥਿੰਗ ਦੇ ਲਈ। ਸੋ ਅੱਜ ਦੀ ਜੋ ਵੀਡੀਓ ਹੈ ਉਹ ਬੀਅਰਡ ਗਰੋਥਿੰਗ ਦੇ ਲਈ ਹੈ, ਕਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਹੀ ਆਪਣੀ ਬੀਅਰਡ ਦੀ ਗਰੋਥਿੰਗ ਫਾਸਟਲੀ ਪ੍ਰੋਪਰਲੀ ਤਰੀਕੇ ਦੇ ਨਾਲ ਕਰ ਸਕਦੇ ਹਾਂ। ਸੋ ਦੋਸਤੋ, ਆਓ ਦੇਖਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਇੱਕ ਓਇਲ ਨੂੰ ਯੂਜ਼ ਕਰਕੇ ਆਪਣੀ ਬੀਅਰਡ ਦੀ ਗਰੋਥਿੰਗ ਘਰ ਦੇ ਵਿੱਚ ਹੀ ਕਰ ਸਕਦੇ ਹਾਂ। ਦੋਸਤੋ, ਇਹ ਜੋ ਬੀਅਰਡ ਓਇਲ ਆ ਉਹ ਅਸੀਂ ਘਰ ਦੇ ਵਿੱਚ ਹੀ ਬਣਾਵਾਂਗੇ ਅਤੇ ਇਸ ਨੂੰ ਆਪਣੀ ਬੀਅਰਡ ਦੇ ਉੱਤੇ ਲਗਾ ਕੇ ਅਸੀਂ ਆਪਣੀ ਬੀਅਰਡ ਦੀ ਗਰੋਥਿੰਗ ਕਰ ਸਕਦੇ ਹਾਂ। ਸੋ ਆਓ ਦੇਖਦੇ ਹਾਂ ਕਿਸ ਤਰ੍ਹਾਂ ਇਹ ਤੇਲ ਤਿਆਰ ਕੀਤਾ ਜਾਏਗਾ। ਸਭ ਤੋਂ ਪਹਿਲੇ ਅਸੀਂ ਕੋਕੋਨਟ ਓਇਲ ਲਵਾਂਗੇ। ਇਹ ਕੋਕੋਨਟ ਓਇਲ ਹੈ ਜਿਸ ਨੂੰ ਅਸੀਂ ਆਮ ਘਰ ਦੇ ਵਿੱਚ ਯੂਜ਼ ਕਰਦੇ ਹਾਂ। ਇਸ ਦੇ ਅਸੀਂ ਘੱਟੋ ਘੱਟ 4 ਚਮਚੇ ਇੱਕ ਬੋਇਲ ਦੇ ਵਿੱਚ ਪਾ ਲਵਾਂਗੇ। ਕੋਕੋਨਟ ਓਇਲ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਆਸਾਨੀ ਦੇ ਨਾਲ ਮਿਲ ਜਾਏਗਾ। ਸੋ ਇਸ ਦੇ 4 ਚਮਚੇ ਪਾਉਣ ਤੋਂ ਬਾਅਦ ਅਸੀਂ ਲਵਾਂਗੇ ਕੜੀ ਪੱਤਾ, ਜੋ ਕਿ ਅਸੀਂ ਆਮ ਘਰ ਦੇ ਵਿੱਚ ਰਸੋਈ ਵਿੱਚ ਵਰਤਿਆ ਜਾਂਦਾ, ਉਸਦਾ ਪਾਊਡਰ ਬਣਾ ਲਵਾਂਗੇ। ਉਸਦੇ 2 ਚਮਚੇ ਅਸੀਂ ਕੋਕੋਨਟ ਓਇਲ ਦੇ ਵਿੱਚ ਪਾ ਦੇਵਾਂਗੇ। ਕੜੀ ਪੱਤਾ ਇਸਦਾ ਪਾਊਡਰ ਬਣਾ ਲੈਣਾ ਹੈ ਜੀ। ਸੋ ਉਸਨੂੰ ਦੋਨਾਂ ਨੂੰ ਮਿਲਾ ਲੈਣਾ। ਉਸ ਤੋਂ ਬਾਅਦ ਅਸੀਂ ਅਰੰਡੀ ਦਾ ਤੇਲ ਲਵਾਂਗੇ, ਜਿਹਨੂੰ ਕਸਟਰਡ ਓਇਲ ਵੀ ਕਹਿੰਦੇ ਹਨ। ਦੋਸਤੋ, ਇਹ ਮੈਡੀਕਲ ਸਟੋਰ ਤੋਂ ਜਾਂ ਫਿਰ ਤੁਹਾਨੂੰ ਅੰਸਾਰੀ ਦੀ ਸ਼ੋਪ ਤੋਂ ਆਸਾਨੀ ਦੇ ਨਾਲ ਮਿਲ ਜਾਏਗਾ। ਸੋ ਆਓ ਹੁਣ ਆਪਾਂ ਇਸ ਨੂੰ ਵੀ ਇਸ ਵਿੱਚ ਮਿਕਸ ਕਰਦੇ ਹਾਂ। ਤਕਰੀਬਨ ਇਸ 'ਤੇ ਵੀ ਅਸੀਂ 4 ਚਮਚੇ ਮਿਲਾ ਲਵਾਂਗੇ। ਸੋ ਤਿੰਨਾਂ ਚੀਜ਼ਾਂ ਨੂੰ ਅਸੀਂ ਪ੍ਰੋਪਰਲੀ ਇਸ ਤਰ੍ਹਾਂ ਮਿਕਸ ਕਰ ਲਵਾਂਗੇ। ਸੋ ਤੁਸੀਂ ਦੇਖ ਸਕਦੇ ਹੋ ਦੋਸਤੋ, ਆਪਣਾ ਤੇਲ ਬਿਲਕੁਲ ਤਿਆਰ ਹੈ। ਇਹ ਆਪਾਂ ਹੁਣ ਆਪਣੇ ਹੇਅਰ 'ਤੇ ਲਗਾਵਾਂਗੇ। ਸੋ ਦੋਸਤੋ, ਤੁਸੀਂ ਦੇਖਿਆ ਜੀ ਕਿਸ ਤਰ੍ਹਾਂ ਇਹ ਤੇਲ ਤਿਆਰ ਕੀਤਾ ਗਿਆ। ਸੋ ਆਓ ਹੁਣ ਦੇਖਦੇ ਹਾਂ ਇਸ ਤੇਲ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ। ਦੋਸਤੋ, ਤੇਲ ਦੀ ਵਰਤੋਂ ਕਰਨ ਤੋਂ ਪਹਿਲਾਂ ਅਸੀਂ ਆਪਣੀ ਬੀਅਰਡ ਨੂੰ ਗਰਮ ਪਾਣੀ ਦੇ ਵਿੱਚ ਵਾਸ਼ ਕਰ ਲਵਾਂਗੇ। ਜਾਂ ਤੁਸੀਂ ਸਟੀਮ ਦੇ ਸਕਦੇ ਹੋ, ਜਾਂ ਫਿਰ ਗਰਮ ਪਾਣੀ ਦੇ ਵਿੱਚ ਟਾਵਲ ਨੂੰ ਭਿਉਂ ਕੇ ਇਸ ਤਰੀਕੇ ਦੇ ਨਾਲ ਤੁਸੀਂ 10 ਤੋਂ 15 ਮਿੰਟ ਤੱਕ ਆਪਣੀ ਬੀਅਰਡ ਦੇ ਉੱਤੇ ਲਗਾਉਣਾ ਹੈ। ਦੋਸਤੋ, ਗਰਮ ਪਾਣੀ ਦੇ ਵਿੱਚ ਬੀਅਰਡ ਧੋਣ ਦਾ ਜੋ ਸਾਨੂੰ ਬੈਨੀਫਿਟ ਹੈ ਉਹ ਇਹ ਮਿਲੇਗਾ ਕਿ ਜਦੋਂ ਅਸੀਂ ਗਰਮ ਪਾਣੀ ਦੇ ਵਿੱਚ ਆਪਣੀ ਬੀਅਰਡ ਨੂੰ ਧੋਂਦੇ ਹਾਂ ਤਾਂ ਜੋ ਸਾਡੇ ਮਸਾਮ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਅਸੀਂ ਰੋਮ ਕਹਿ ਦਿੰਦੇ ਹਾਂ ਉਹ ਓਪਨ ਹੋ ਜਾਂਦੇ ਨੇ। ਅਤੇ ਓਪਨ ਹੋਣ ਦੇ ਕਰਕੇ ਜਦੋਂ ਅਸੀਂ ਆਪਣੀ ਬੀਅਰਡ ਦੇ ਉੱਤੇ ਤੇਲ ਦੀ ਵਰਤੋਂ ਕਰਦੇ ਹਾਂ ਤਾਂ ਉਸਦਾ ਦੁੱਗਣਾ ਅਸਰ ਹੁੰਦਾ। ਸੋ ਦੋਸਤੋ, ਜਦੋਂ ਵੀ ਤੁਸੀਂ ਨੇ ਤੇਲ ਦੀ ਵਰਤੋਂ ਕਰਨੀ ਆ, ਉਸ ਤੋਂ ਪਹਿਲਾਂ ਤੁਸੀਂ ਆਪਣੀ ਬੀਅਰਡ ਨੂੰ ਗਰਮ ਪਾਣੀ ਦੇ ਨਾਲ ਜ਼ਰੂਰ ਵਾਸ਼ ਕਰ ਲੈਣਾ ਹੈ। ਦੋਸਤੋ, ਤੇਲ ਨੂੰ ਲਗਾਉਣ ਦਾ ਜੋ ਤਰੀਕਾ ਹੈ ਉਹ ਇਸ ਤਰ੍ਹਾਂ ਹੈ ਕਿ ਤੁਸੀਂ ਆਪਣੀਆਂ ਉਂਗਲਾਂ ਦੇ ਉੱਤੇ ਤੇਲ ਨੂੰ ਲਗਾ ਕੇ ਇਸ ਤਰੀਕੇ ਦੇ ਨਾਲ ਮੁਲਾਇਮ ਹੱਥਾਂ ਦੇ ਨਾਲ ਜੜ੍ਹਾਂ ਦੇ ਤੱਕ ਤੇਲ ਨੂੰ ਲੈ ਕੇ ਜਾਣਾ ਹੈ। ਇਸ ਤਰ੍ਹਾਂ ਤੁਸੀਂ 10 ਤੋਂ 15 ਮਿੰਟ ਤੱਕ ਮਸਾਜ ਕਰਦੇ ਰਹਿਣਾ ਹੈ। ਦੋਸਤੋ, ਸਖ਼ਤ ਹੱਥ ਨਹੀਂ ਯੂਜ਼ ਕਰਨੇ, ਬਿਲਕੁਲ ਮੁਲਾਇਮ ਹੱਥਾਂ ਦੇ ਨਾਲ ਅਸੀਂ ਤੇਲ ਨੂੰ ਲਗਾਉਣਾ ਹੈ। 10 ਤੋਂ 15 ਮਿੰਟ ਤੱਕ ਤੁਸੀਂ ਇਸ ਤਰ੍ਹਾਂ ਹੀ ਕਰਦੇ ਰਹਿਣਾ ਹੈ। ਉਸ ਤੋਂ ਬਾਅਦ ਤੁਸੀਂ 15 ਤੋਂ 20 ਮਿੰਟ ਤੱਕ ਤੇਲ ਨੂੰ ਲੱਗੇ ਰਹਿਣ ਦੇਣਾ ਹੈ ਅਤੇ ਬਾਅਦ ਵਿੱਚ ਸਾਫ਼ ਪਾਣੀ ਦੇ ਨਾਲ ਆਪਣੀ ਬੀਅਰਡ ਨੂੰ ਜੋ ਹੈ ਉਹ ਤੁਸੀਂ ਨੇ ਕਲੀਨ ਕਰ ਲੈਣਾ ਹੈ, ਸਾਫ਼ ਕਰ ਲੈਣਾ ਹੈ। ਦੋਸਤੋ, ਜੇਕਰ ਤੁਸੀਂ ਇਹ ਫਾਰਮੂਲਾ 1 ਮੰਥ ਡੇਲੀ ਯੂਜ਼ ਕਰਦੇ ਹੋ ਤਾਂ ਡੈਫੀਨੇਟਲੀ ਤੁਹਾਡੀ ਬੀਅਰਡ ਦੇ ਵਿੱਚ ਗਰੋਥਿੰਗ ਹੋਵੇਗੀ। ਤੁਸੀਂ ਦੇਖੋਗੇ ਕਿ ਤੁਹਾਡੀ ਬੀਅਰਡ ਵਿੱਚ ਗਰੋਥਿੰਗ ਹੋਣੀ ਸ਼ੁਰੂ ਹੋ ਗਈ ਹੈ। ਗੱਲ ਕਰਦੇ ਹਾਂ ਦੂਸਰੇ ਟਿਪਸ ਦੀ। ਵਿਟਾਮਿਨ ਈ ਔਰ ਸੀ ਐਂਡ ਆਇਰਨ ਦੀ ਮਾਤਰਾ ਗਰੋਥਿੰਗ ਦੇ ਵਿੱਚ ਬਹੁਤ ਹੀ ਲਾਭਦਾਇਕ ਹੈ। ਜੇਕਰ ਤੁਸੀਂ ਉਹਨਾਂ ਚੀਜ਼ਾਂ ਦਾ ਸੇਵਨ ਕਰੋ ਜਿਨ੍ਹਾਂ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਵਿਟਾਮਿਨ ਈ ਐਂਡ ਸੀ ਔਰ ਆਇਰਨ ਦੀ ਮਾਤਰਾ ਹੋਵੇ ਤਾਂ ਤੁਹਾਡੀ ਬੀਅਰਡ ਜਲਦੀ ਗਰੋਥ ਕਰੇਗੀ। ਜਿਵੇਂ ਕਿ ਪਾਲਕ ਔਰ ਟਮਾਟਰ ਦਾ ਜੇਕਰ ਤੁਸੀਂ ਜੂਸ ਬਣਾ ਕੇ ਪੀਓ
ਤਾਂ ਤੁਹਾਡੀ ਬੀਅਰਡ ਦੀ ਗਰੋਥਿੰਗ ਦੇ ਵਿੱਚ ਇਹ ਸਹਾਇਤਾ ਕਰੇਗਾ, ਕਿਉਂਕਿ ਪਾਲਕ ਦੇ ਵਿੱਚ ਕਾਫ਼ੀ ਮਾਤਰਾ ਦੇ ਵਿੱਚ ਆਇਰਨ ਪਾਇਆ ਜਾਂਦਾ ਔਰ ਟਮਾਟਰ ਦੇ ਵਿੱਚ ਕਾਫ਼ੀ ਮਾਤਰਾ ਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ। ਸੋ ਇਸੇ ਤਰ੍ਹਾਂ ਕਈ ਫਰੂਟ ਬਾਜ਼ਾਰ ਵਿੱਚ ਮਿਲ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਕਾਫ਼ੀ ਮਾਤਰਾ ਦੇ ਵਿੱਚ ਵਿਟਾਮਿਨ ਈ ਔਰ ਸੀ ਹੁੰਦਾ ਹੈ। ਸੋ ਉਹਨਾਂ ਦਾ ਤੁਸੀਂ ਜੂਸ ਪੀ ਸਕਦੇ ਹੋ ਜਾਂ ਉਹਨਾਂ ਨੂੰ ਖਾ ਸਕਦੇ ਹੋ, ਜਿਨ੍ਹਾਂ ਦੇ ਕਰਕੇ ਤੁਹਾਡੀ ਬੀਅਰਡ ਨੂੰ ਗਰੋਥਿੰਗ ਦੇ ਵਿੱਚ ਸਹਾਇਤਾ ਮਿਲੇਗੀ। ਸੋ ਦੋਸਤੋ, ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ। ਸ਼ੇਅਰ ਜ਼ਰੂਰ ਕਰਿਓ ਵੀਡੀਓ, ਤਾਂ ਕਿ ਜਿਹੜੇ ਵੀਰਾਂ ਨੂੰ ਬੀਅਰ ਰਿਲੇਟਡ ਕੋਈ ਪ੍ਰੋਬਲਮ ਆਉਂਦੀ ਆ ਉਹ ਦੇਖ ਕੇ ਆਪਣਾ ਸੋਲਿਊਸ਼ਨ ਕਰ ਸਕਣ। ਸੋ ਦੋਸਤੋ, ਕੋਈ ਸੁਝਾਅ ਵਾਸਤੇ ਜਾਂ ਕੁਛ ਪੁੱਛਣਾ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ, ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਰਿਪਲਾਈ ਕਰਨ। ਥੈਂਕ ਯੂ।